ਫੇਮਸ ਸਿੰਗਰ ਅਤੇ ਲਿਰਿਸਿਸਟ ਕਰਨ ਔਜਲਾ ਨੇ ਕਿਸ ਤੋਂ ਮੰਗੀ ਮਾਫੀ? ਹਾਏ, ਦਿਸ ਇਜ਼ ਫਤਿਹ ਤੇ ਤੁਸੀਂ ਦੇਖ ਰਹੇ ਹੋ ਗੂਗਲ ਬਾਲੀਵੁੱਡ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਗੀਤਾਂ ਦੀ ਮਸ਼ੀਨ ਦੇ ਨਾਲ ਜਾਣੇ ਜਾਣ ਵਾਲੇ ਕਰਨ ਔਜਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨਜ਼ਰ ਆ ਰਹੇ ਹਨ ਤੇ ਇਸ ਵਾਰ ਚਰਚਾ ਦਾ ਕਾਰਨ ਬਣਿਆ ਹੈ ਉਹਨਾਂ ਦਾ ਗਾਣਾ ਸ਼ਰਾਬ, ਜਿਸ ਦੇ ਲਿਰਿਕਸ ਲਿਖੇ ਗਏ ਹਨ ਖੁਦ ਕਰਨ ਔਜਲਾ ਵੱਲੋਂ ਤੇ ਇਸ ਗਾਣੇ ਦੇ ਵਿੱਚ ਫੀਚਰ ਕੀਤਾ ਹੈ ਉਹਨਾਂ ਦੇ ਨਾਲ ਫੇਮਸ ਸਿੰਗਰ ਹਰਜੀਤ ਹਰਮਨ ਨੇ, ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਨੂੰ ਪੇਸ਼ ਕੀਤਾ ਹੈ। ਤੇ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਹ ਗਾਣਾ ਚਰਚਾ ਦੇ ਵਿੱਚ ਨਜ਼ਰ ਕਿਉਂ ਆ ਰਿਹਾ ਹੈ। ਉਹਨਾਂ ਨੇ ਆਪਣੇ ਇਸ ਗਾਣੇ ਦੇ ਲਿਰਿਕਸ ਦੁਆਰਾ ਔਰਤਾਂ ਦੀ ਤੁਲਨਾ ਨਸ਼ਾ, ਸ਼ਰਾਬ ਅਤੇ ਬੰਦੂਕ ਦੇ ਨਾਲ ਕੀਤੀ ਹੈ, ਜੋ ਕਿ ਸਮਾਜ ਦੇ ਵਿੱਚ ਔਰਤਾਂ ਦੇ ਸਨਮਾਨ ਨੂੰ ਅਤੇ ਪੰਜਾਬੀ ਸੱਭਿਆਚਾਰ ਨੂੰ ਠੇਸ ਪਹੁੰਚਾ ਰਿਹਾ ਹੈ। ਇਸ ਵਿਵਾਦ ਦੇ ਚੱਲਦਿਆਂ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਹਨਾਂ ਦੋਨਾਂ ਸਿੰਗਰਸ ਨੂੰ ਨੋਟਿਸ ਭੇਜਿਆ ਗਿਆ ਸੀ। ਆਪਣੇ ਫੈਨਸ ਦੀ ਸੰਤੁਸ਼ਟੀ ਦੇ ਲਈ ਕਰਨ ਔਜਲਾ ਨੇ ਵੀਡੀਓ ਕਾਲ ਦੁਆਰਾ ਮਨੀਸ਼ਾ ਗੁਲਾਟੀ ਦੇ ਨਾਲ ਗੱਲਬਾਤ ਕਰਦਿਆਂ ਇਹ ਵਿਸ਼ਵਾਸ ਦਿਲਾਇਆ ਕਿ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਣੇ ਨਵੇਂ ਗਾਣੇ ਬਣਾਉਣਗੇ। ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਹਰਜੀਤ ਹਰਮਨ ਦੀ, ਤਾਂ ਉਹਨਾਂ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਨੇ ਅਜਿਹਾ ਕੁਝ ਵੀ ਨਹੀਂ ਗਾਇਆ ਜਿਸ ਨਾਲ ਕਿਸੇ ਦੀ ਮਾਣਹਾਨੀ ਹੋਵੇ, ਪਰ ਜੇਕਰ ਅਜਿਹਾ ਹੋਇਆ ਹੈ ਤਾਂ ਉਹ ਇਸ ਲਈ ਆਪਣਾ ਪੱਖ ਰੱਖਣਗੇ। ਸਿੰਗਰ ਕਰਨ ਔਜਲਾ ਨੇ ਹਮੇਸ਼ਾ ਹੀ ਆਪਣੇ ਗਾਣਿਆਂ ਅਤੇ ਗੀਤਕਾਰੀ ਦੇ ਨਾਲ ਆਪਣੇ ਫੈਨਸ ਨੂੰ ਖੂਬ ਐਂਟਰਟੇਨ ਕੀਤਾ ਹੈ ਤੇ ਹੁਣ ਰੀਸੈਂਟਲੀ ਉਹਨਾਂ ਦਾ ਗਾਣਾ ਹੇਅਰ ਐਂਡ ਦੇਅਰ ਵੀ ਰਿਲੀਜ਼ ਹੋ ਚੁੱਕਾ ਹੈ। ਤੁਹਾਡੀ ਉਹਨਾਂ ਦੇ ਇਸ ਚਰਚਿਤ ਗਾਣੇ ਬਾਰੇ ਕੀ ਰਾਏ ਹੈ ਸਾਨੂੰ ਫੀਡਬੈਕ ਵਿੱਚ ਜਾ ਕੇ ਜ਼ਰੂਰ ਦੱਸਿਓ। ਅਜਿਹੀਆਂ ਪੋਲੀਵੁੱਡ ਤੇ ਬਾਲੀਵੁੱਡ ਦੀਆਂ ਹੋਰ ਇੰਟਰਸਟਿੰਗ ਅਪਡੇਟਸ ਜਾਣਨ ਦੇ ਲਈ ਦੇਖਦੇ ਰਹੋ ਸਾਡਾ ਚੈਨਲ ਗੂਗਲ ਬਾਲੀਵੁੱਡ।